घर आ गए पहले घर विधानसभा हलका राजा संसी दे पिंड च बीती रात दो तीरां च चलियां गोलियां। पैसे दे लैण देण नूं लै के होया सी झगड़ा। NRI ने इल्जाम लगाया कि पिंड दे कुछ लोकां ने कीता उस ते जानलेवा हमला। अमृतसर तों ब्यूरो रिपोर्ट लाइव भारत। कुलबीर सिंह ब्रदर कित्थों जाण वाले इत्थे पिंड खवाली रहिंदे हां। NRI आस्ट्रेलिया तों आए हां। इत्थे गोलियां ब्रदर साडे पिंड दे ही बंदे आ। पहलां मैनूं थ्रैट कॉल आई आ टुडे आफ्टरनून लाइक अराउंड 2 o'clock 2 vajay ਅਤੇ USA ਚੋਂ ਆਈ ਆ ਥਰੈਟ ਕੋਲ। ਤੁਸੀਂ ਮੈਨੂੰ ਕੈਮਰੇ ਨਾਲ ਜਿਹੜਾ ਵਾ ਨੰਬਰ ਜੂਮ ਕਰਕੇ ਵੇਖ ਸਕਦੇ ਜੀ। ਉਹਨਾਂ ਮੈਨੂੰ ਕਿਹਾ ਕਿ ਸ਼ਾਮ ਤੱਕ ਤੈਨੂੰ ਅਸੀਂ ਮਾਰ ਦੇਣਾ ਵਾ। ਅਤੇ ਮੈਂ ਸੀਰੀਅਸਲੀ ਲਿਆ। ਮੈਂ ਕਿਹਾ ਯਾਰ ਉੱਦਾਂ ਕੋਈ ਕਰਨ ਦਿਆ ਹੋਣਾ, ਇੱਦਾਂ ਥੋੜ੍ਹੀ ਕੋਈ ਮਾਰ ਦੂਗਾ ਘਰੇ ਆ ਕੇ। ਅਤੇ ਅਸੀਂ ਪਰਿਵਾਰ ਨਾਲ ਫੈਮਿਲੀ ਨਾਲ ਬੈਠੇ ਹਾਂ ਅਤੇ ਮੇਰੇ ਘਰ ਦੇ ਉੱਤੇ 18-20 ਜਾਣੇ ਸੀਗੇ। ਤਿੰਨਾਂ ਚੋਂ ਗੱਡੀਆਂ 'ਚ ਆਏ, ਤਾਬੜ ਤੋਰ ਉਹਨਾਂ ਨੇ ਗੋਲੀਆਂ ਚਲਾਈਆਂ। ਆ ਤੁਸੀਂ ਹੋਲ ਦੇਖ ਸਕਦੇ ਜੀ, ਮੇਰੀ ਗੱਡੀ ਬਾਹਰ ਸਕੋਰਪੀਓ ਲੱਗੀ ਆ, ਉੱਤੇ ਉਹਨਾਂ ਨੇ ਗੋਲੀਆਂ ਚਲਾਈਆਂ, ਭੱਜ ਗਏ ਸੀ ਅੰਦਰ ਵੜ ਕੇ ਅਤੇ ਜਾਨ ਬਚਾਈ ਆ। ਨਾ ਬ੍ਰਦਰ ਇੱਕ ਹੈਗਾ ਵਾ ਰੇਸ਼ਮ ਸਿੰਘ ਆ, ਨੰਬਰਦਾਰ ਆ। ਇੱਕ ਉਹਦਾ ਭਤੀਜਾ ਵਾ ਗੁਰਜੰਟ ਸਿੰਘ, ਫਾਦਰ ਨੇਮ ਸੁਖਵਿੰਦਰ ਸਿੰਘ। ਇੱਕ ਸੁਖਵਿੰਦਰ ਸਿੰਘ ਹੀ ਨਾਲ ਇਸੇ ਪਿੰਡ ਦੇ ਆ। ਹਾਂਜੀ, ਸਾਨੂੰ ਸੋਚਾ ਸਿੰਘ ਥਰੈਟ ਕੋਲ ਆਈ USA ਦੇ ਨੰਬਰ ਤੋਂ। ਅਤੇ ਅਸੀਂ ਤਾਂ ਇੱਥੇ ਅੰਮ੍ਰਿਤਸਰ ਪਹਿਲਾਂ ਦੇ ਹੀ ਰੰਜਿਸ਼ ਕਿਹਦੇ ਨਾਲ ਹੋਣੀ, ਇਹੀ ਤਾਂ ਰਹਿੰਦੇ ਹਾਂ, ਆਸਟ੍ਰੇਲੀਆ ਰਹਿੰਦੇ ਹਾਂ। ਆਈ ਦਾ ਆਪਣਾ ਫਾਰਮ ਹਾਊਸ ਹੈ, ਜਿੱਦਾਂ ਇੱਥੇ ਥੋੜ੍ਹਾ ਆਈ ਦਾ ਜ਼ਿਆਦਾ ਆਪਣੀ ਅੰਮ੍ਰਿਤਸਰ ਕੋਠੀ ਉੱਥੇ ਰਹੀਦਾ। ਘਰ ਦੇ ਐਂਟਰ ਹੋਏ ਵੀਰ ਜੀ, ਫੋਨ ਦੇ ਵਿੱਚ ਮੈਂ ਵੀਡੀਓ ਬਣਾਈ, CCTV 'ਤੇ ਲੱਗੇ ਨਹੀਂ ਆ। ਮੈਂ ਕੋਠੇ 'ਤੇ ਹਾਂ ਅਤੇ ਕੋਠੇ ਤੋਂ ਮੈਂ ਸਾਰੀ ਵੀਡੀਓ ਬਣਾਈ ਆ, ਸਾਰੀ ਕਵਰੇਜ ਕੀਤੀ ਹੈ ਕਿ ਜੋ ਜੋ ਉਹਨਾਂ ਨੇ ਕੀਤਾ। ਸ਼ਰੇਆਮ ਵੀਰ ਜੀ ਗੋਲੀਆਂ ਚਲਾਈਆਂ। ਮੈਂ ਫਿਰ SHO ਸਾਹਿਬ ਨੂੰ ਫੋਨ ਕੀਤਾ ਵਾ ਇਮੀਡੀਏਟਲੀ, ਮੈਂ ਵੀ ਭਾਜੀ ਆ ਜਾਓ ਅਤੇ ਆਹ ਕੰਮ ਹੋਣ ਡਿਆ ਸਾਡੇ ਘਰੇ, ਫਾਇਰਿੰਗ ਹੋਣ ਡਈ ਹੈ। ਫਿਰ ਮੈਂ SSP ਸਾਹਿਬ ਨੂੰ ਕੋਲ ਕੀਤੀ ਹੈ ਅਤੇ ਓਨਰੇਬਲ SSP ਸਾਹਿਬ ਨੇ, ਉਹਨਾਂ ਨੇ ਵੀ ਇਮੀਡੀਏਟਲੀ ਐਕਸ਼ਨ ਲਿਆ ਵਾ। ਉਹਨਾਂ ਦਾ ਜਿਹੜਾ ਰੇਸ਼ਮ ਸਿੰਘ ਆ ਨੰਬਰਦਾਰ, ਉਹਨਾਂ ਦਾ ਲੜਕਾ ਵਾ ਗੋਪੀ ਆ, ਕੁਡ ਵੀ ਨੇਮ ਹੋ ਸਕਦਾ ਕਿ ਗੁਰਪ੍ਰੀਤ ਸਿੰਘ ਹੋਵੇ, ਗੋਪੀ ਕਰਕੇ ਫੇਮਸ ਆ। ਉਹਨਾਂ ਮੈਨੂੰ ਕੋਲ ਕੀਤੀ, ਉਹ USA ਹੈ ਜੀ, USA 'ਚ ਕੋਲ ਆਈ। ਗੋਲੀਆਂ ਕਿੱਥੇ ਕਿੱਥੇ ਲੱਗੀਆਂ? ਗੋਲੀਆਂ ਬਦਲ ਮੇਰੀ ਬਾਹਰ ਗੱਡੀ ਖੜੀ ਸਕੋਰਪੀਓ ਉੱਤੇ ਲੱਗੀਆਂ, ਮੇਰੇ ਫਰੈਂਡ ਦੀ ਗੱਡੀ ਖੜੀ ਸਪਾਰੀ ਵਾਈਟ ਕਲਰ ਦੀ, ਉੱਥੇ ਗੋਲੀਆਂ ਲੱਗੀਆਂ, ਮੇਰੇ ਘਰ ਦੇ ਉੱਤੇ ਗੋਲੀਆਂ ਲੱਗੀਆਂ। ਗੱਡੀ 'ਚ ਲੱਕੀ ਸੀਗਾ, ਕੋਈ ਹੈਗਾ ਨਹੀਂ ਸੀਗਾ, ਪਰ ਉਹਨਾਂ ਨੂੰ ਲੱਗਦਾ ਸੀਗਾ ਸ਼ਾਇਦ ਕੋਈ ਬੈਠਾ ਵਾ। ਉਹਨਾਂ ਨੂੰ ਲੱਗਦਾ ਸੀਗਾ ਕਿ ਮੈਂ ਗੱਡੀ ਵਿੱਚ ਬੈਠਾ ਵਾਂ, ਪਹਿਲਾਂ ਉਹਨਾਂ ਗੱਡੀ 'ਚ ਮਾਰੀਆਂ। ਜਦੋਂ ਪਤਾ ਲੱਗਾ ਕਿ ਨਹੀਂ ਮੈਂ ਗੱਡੀ ਦੇ ਵਿੱਚ ਨਹੀਂ ਹਾਂ, ਮੈਂ ਘਰੇ ਹਾਂ, ਤਾਂ ਫਿਰ ਉਹਨਾਂ ਨੇ ਘਰੇ ਫਾਇਰਿੰਗ ਕੀਤੀ ਆ। ਪੁਲਿਸ ਆਈ ਮੌਕੇ 'ਤੇ? ਪੁਲਿਸ ਆਈ, SHO ਨੂੰ ਫੋਨ ਕੀਤਾ ਸੀ, SHO ਸਾਹਿਬ ਆਏ ਆ, ਪੁਲਿਸ ਪਾਰਟੀ ਨਾਲ 10-15 ਮਿੰਟ 'ਚ ਆ ਗਿਆ। ਪੰਜਾਬ ਸਰਕਾਰ ਨੂੰ ਪਤਾ, ਓਨਰੇਬਲ CM ਸਾਹਿਬ ਨੂੰ ਰਿਕੁਐਸਟ ਕਰਦੇ, ਮੰਗ ਕਰਦੇ ਹਾਂ ਕਿ ਤੁਸੀਂ ਕਹਿੰਦੇ ਜੇ ਵੀ NRI ਇੱਥੇ ਆਉਣ ਰਹਿਣ, ਹੈ ਨਾ, ਅਤੇ ਤੁਸੀਂ ਉਹਨਾਂ ਦੀ ਜਿਹੜੀ ਆ ਸੇਫਟੀ ਵਾਸਤੇ ਵੀ ਕੁਝ ਜਿਹੜੇ ਆ ਕਦਮ ਪੁੱਟੋ। ਖਾਸ ਕਰਕੇ ਕੈਬਨਿਟ ਮਿਨਿਸਟਰ, ਓਨਰੇਬਲ ਕੈਬਨਿਟ ਮਿਨਿਸਟਰ ਕੁਲਦੀਪ ਸਿੰਘ ਧਾਲੀਵਾਲ ਨੂੰ ਵੀ ਰਿਕੁਐਸਟ ਕਰਦੇ ਹਾਂ ਕਿ ਤੁਸੀਂ NRI ਦੇ ਬਹੁਤ ਸਪੋਰਟ 'ਚ ਖੜਦੇ ਜੇ, ਮੀਟਿੰਗਾਂ ਕਰਦੇ ਜੇ, ਤਾਂ ਵੇਖ ਲਓ NRI ਦਾ ਕੀ ਹਾਲ ਹੋਣ ਡਿਆ। ਇਹ ਚੱਲਦੀਆਂ ਵਾ ਅਤੇ ਇੱਟੇ ਰੋੜੇ ਵੱਜਦੇ ਆ, ਅਤੇ ਆਹ ਗੁੰਡਾਗਰਦੀ ਸ਼ਰੇਆਮ ਜਿਹੜੀ ਹੁੰਦੀ ਆ। ਅਜੇ ਵੀ ਤੁਹਾਨੂੰ ਖਤਰਾ ਕਿ ਕਿਸੇ ਵੇਲੇ? ਅਫਕੋਰਸ ਖਤਰਾ ਯਾਰ, ਅਫਕੋਰਸ ਖਤਰਾ ਵਾ। ਰਾਤ ਦੇ 12 ਵੱਜ ਗਏ, ਸਾਨੂੰ ਨੀਂਦ ਥੋੜ੍ਹੀ ਕਿਤੇ ਆਉਣ ਡਈ ਆ। ਕਿਸੇ ਵੇਲੇ ਹਮਲਾ ਕਰ ਸਕਦੇ? ਉਹ ਕਿਸੇ ਵੇਲੇ ਕਰ ਸਕਦੇ, ਓਵਰ ਲਾਈਫ ਸਟਿਲ ਅੰਡਰ ਥਰੈਟ, ਸੋ ਵੀ ਆਰ ਨੋਟ ਫੀਲ ਸੇਫ ਇਨ ਪੰਜਾਬ ਬਰੋ। ਸੋ ਪੁਲਿਸ ਪਾਰਟੀ ਨੂੰ ਮੰਗ ਕਰਦੇ ਹਾਂ, ਓਨਰੇਬਲ SSP ਸਾਹਿਬ ਨੂੰ ਮੇਰੀ ਹਮ ਰਿਕੁਐਸਟ ਆ ਕਿ ਪਲੀਜ਼ ਇਮੀਡੀਏਟਲੀ ਐਕਸ਼ਨ ਲਓ, ਅਤੇ ਇੱਥੇ ਗੁੰਡਾਗਰਦੀ ਖਤਮ ਹੋਊਗੀ ਅਤੇ ਫਿਰ ਹੀ ਆਪਾਂ ਫੀਲ ਸੇਫ ਕਰਾਂਗੇ ਨਾ। ਮੇਰਾ ਨਾਂ ਜੀ ਰੇਸ਼ਮ ਸਿੰਘ, ਨੰਬਰਦਾਰ ਪਿੰਡ ਕੁਵਾਲੀ। ਸਰ ਸਰਾਸਰ ਝੂਠ ਹੈ ਜੀ, ਮੇਰਾ ਇਹਨਾਂ ਦੇ ਨਾਲ ਕੋਈ, ਮੇਰੀ ਕੋਈ ਇਹਨਾਂ ਦੀ ਚੀਜ਼ਾਂ ਕੋਈ ਦੁਸ਼ਮਣੀ ਨਹੀਂ, ਮੇਰੀ ਕੋਈ ਇਹਨਾਂ ਦੇ ਨਾਲ ਰੰਜਿਸ਼ ਨਹੀਂ। ਇਹਨਾਂ ਦਾ ਕੋਈ ਪੈਸਿਆਂ ਦਾ ਲੈਣ ਦੇਣ ਕੋਈ ਮਿਲਖਾ ਸਿੰਘ ਨਾਲ ਚੱਲਦਾ ਸੀਗਾ। ਇਹਨਾਂ ਦਾ ਬਹਿ ਕੇ ਮੈਂ ਇਹਨਾਂ ਨੂੰ ਆਖਿਆ ਚੱਲ ਤੁਹਾਡਾ ਵੀ ਹੱਲ ਕਰਾ ਦਾਂਗੇ, ਚਲੋ ਬਹਿ ਕੇ ਤੁਹਾਡਾ ਕਰਾਵਾਂਗੇ। ਮੇਰੀ ਇਹਨਾਂ ਨੇ, ਮੈਂ ਫੋਨ 'ਤੇ ਵੀ ਗੱਲ ਹੋਈ ਕੁਲਬੀਰ ਨਾਲ, ਕਿਉਂ ਇਹਨਾਂ ਦੀ ਇਸੇ ਗੱਲ ਤੋਂ, ਇਹਨਾਂ ਦੀ USA ਸਾਡੇ ਬੱਚਿਆਂ ਦੇ ਵਿੱਚ ਬਹਿ ਗਏ ਨੇ, ਉੱਥੇ ਬੱਚਿਆਂ ਦੀ ਲੜਾਈ ਕਰਾਈ ਸਾਡੇ, ਮੇਰੇ ਭਤੀਜੇ ਜਸਬੀਰ ਸਿੰਘ ਦੀ, ਅਤੇ ਉਹ 30,000 ਰੁਪਇਆ ਮੇਰਾ ਜਸਬੀਰ ਸਿੰਘ ਨੇ, ਮੇਰੇ ਭਤੀਜੇ ਨੇ ਉੱਥੇ ਉਹ 30,000 ਰੁਪਇਆ ਵੀ ਉਹਦਾ ਪਾੜ ਦਿੱਤਾ। ਉਹਦੇ ਮਿਲਖਾ ਸਿੰਘ ਦੇ ਘਰ ਨੂੰ ਰੋੜੇ ਮਾਰਨ ਦਾ ਸੀ। ਉਹਦੇ ਵਿੱਚ ਹੈਗਾ ਆ ਮੁੰਡਾ ਇੱਕ ਤਾਂ ਜੋਬਨਪੁਰੀ ਦਾ, ਇੱਕ ਗੁਰਲਾਲ ਸਿੰਘ, ਇੱਕ ਦਿਲਬਾਗ ਸਿੰਘ, ਇੱਕ ਦੂਜਾ ਮੁੰਡਾ ਕੁਲਬੀਰ ਸਿੰਘ, ਇਹ ਕੁਝ ਬੰਦੇ ਹੋਰ ਵੀ ਇਹਨਾਂ ਦੇ ਨਾਲ ਮੁੰਡੇ ਉੱਥੇ ਹੈਗੇ। ਉਸ ਟਾਈਮ 'ਤੇ ਮਿਲਖਾ ਸਿੰਘ ਜਿਹੜਾ ਆ ਉਹਦੇ ਘਰ ਨੂੰ ਇਹ ਰੋੜੇ ਮਾਰਨ ਦਾ ਸੀ। ਇਹਨਾਂ ਨੇ ਗਾੜੀਓਂ, ਜਦੋਂ ਮੈਂ ਜਾਣਦਾ, ਮੇਰੀ ਭਤੀਜੇ ਮੇਰੇ ਨਾਲ ਗੱਲ ਵੀ ਹੋਈ ਹੈ, ਮੇਰੇ ਕੋਲ ਰਿਕਾਰਡਿੰਗ ਹੈਗੀ ਉਹਦੀ, ਜਦੋਂ ਉਹਨਾਂ ਗੱਲ ਹੋਈ ਤਾਂ ਮੈਨੂੰ ਕਹਿੰਦਾ ਵੀ ਆ ਫਿਰ ਤੈਨੂੰ ਹੁਣ ਦੱਸ ਦੇ ਪਤਾ, ਜਦੋਂ ਮੈਂ ਇੱਧਰੋਂ ਵਾਪਸ ਜਾਣ ਡਿਆ ਇਹਨਾਂ ਮੇਰੀ ਗੱਡੀ ਦੇ ਵਿੱਚ ਗੱਡੀ ਮਾਰਤੀ ਹੈ। ਮੈਂ ਤੁਸੀਂ ਆਹ ਜੀ ਗੋਲੀਆਂ ਜੀ ਤੈਨੂੰ ਮਾਰਨ ਦਾ ਜੀ, ਤਾਂ ਮੈਨੂੰ ਮਾਰੋ ਸਿੱਧੀ ਗੋਲੀ, ਤੁਸੀਂ ਮੇਰਾ ਰਾਹ ਜੀ ਡੱਕਦੇ ਮੈਨੂੰ ਸਿੱਧੀ ਗੋਲੀ। ਸਰ ਉਹ ਕੋਈ ਇਹਦੇ ਘਰ ਨਹੀਂ ਗਿਆ, ਮੇਨ ਰੋਡ ਆ, ਮੇਨ ਰੋਡ ਤੋਂ ਮੈਂ ਆਪਣੇ ਘਰ ਨੂੰ ਜਾ ਰਿਹਾ। ਆਪ ਗੋਲੀਆਂ ਸਾਰੇ ਇਹਨਾਂ ਨੇ ਆਪਣੀਆਂ ਗੱਡੀਆਂ ਦੇ ਵਿੱਚ ਆਪ ਗੋਲੀਆਂ ਮਾਰੀਆਂ। ਸਾਡੀ ਕੋਈ ਜਾਗੋ ਸ਼ਹੀਦ ਦੀ ਇੱਕ ਪੁਰਾਣੀ ਰੰਜਿਸ਼ ਚੱਲਦੀ ਸੀ, ਉਹਦੇ 'ਤੇ ਮੇਰਾ ਇਹ ਇਲਜ਼ਾਮ ਲਾਉਂਦੇ ਵੀ ਤੂੰ ਸਾਡਾ ਪਰਚਾ ਕਰਾਇਆ, ਅਸੀਂ ਤੇਰੇ 'ਤੇ ਵੀ ਪਰਚਾ ਕਰਾਉਣਾ। ਇਹ ਬੜੇ ਚਿਰ ਦੇ ਮੇਰੇ ਮਗਰ ਪਏ ਸੀ,
ਇਹ ਜਾਗੋ ਸ਼ਹੀਦਾਂ ਮਸਲਾ ਜਿਹੜਾ ਚੱਲਦਾ ਉੱਥੇ ਮੈਂ ਡਿਬੇਟਾਂ ਦਿੱਤੀਆਂ ਸੀ ਬਾਬਿਆਂ ਦੇ ਹੱਕ ਦੇ ਵਿੱਚ ਅਤੇ ਉਦੋਂ ਦੀ ਸਾਡੀ ਵਿਰੋਧ ਧਾਰਨਾ ਨਾਲ ਚੱਲਦੀ ਸੀ ਜਿਹੜੇ ਫਾਇਰ ਨਿਕਲਦੇ ਤੇ ਉਹ ਕਿਹਨਾਂ ਨੇ ਕੱਢੇ ਉਹ ਭਾਈ ਕੁਲਬੀਰ ਸਿੰਘ ਅਤੇ ਜੋਬਨਪ੍ਰੀਤ ਦੇ ਕੋਲ 12 ਬੋਰ ਰਫਲ ਸੀਗੀ ਅਤੇ ਗੁਰਲਾਲ ਸਿੰਘ ਦੇ ਕੋਲ ਪਿਸਟਲ ਸੀਗਾ ਅਤੇ ਇਹਨਾਂ ਨੇ ਜਦੋਂ ਉੱਧਰ ਗਿਆ ਇਹ ਦੋ ਬੰਦੇ ਬਾਹਰ ਖਲੋਤੇ ਆ ਅਤੇ ਇਹਨਾਂ ਬੰਦੇ ਅੱਠ ਛੱਤੀ ਬੰਦੇ ਬਾਹਰ ਸੀ ਉਹ ਇਹਨਾਂ ਦੇ ਘਰਾਂ ਨੂੰ ਗੋਲੀਆਂ ਚਲਾਉਂਦੇ ਆ ਸਾਨੂੰ ਤਾਂ ਇਹ ਸਮਝ ਨਹੀਂ ਲੱਗੀ ਵੀ ਇਹ ਗੋਲੀਆਂ ਕੀ ਕਰਦੇ ਰਹੇ ਉਹ ਦੋ ਬੰਦੇ ਜਿਹੜੇ ਇਹਨਾਂ ਦੇ ਘਰ ਨੂੰ ਕੁਲਬੀਰ ਸਿੰਘ ਦੇ ਘਰ ਨੂੰ ਗੋਲੀਆਂ ਮਾਰਦੇ ਅਤੇ ਦੂਜੇ ਜਿਹੜੇ ਸੀ ਉਹ ਕੋਠੇ ਤੋਂ ਬਾਹਰ ਨੂੰ ਚਲਾਉਂਦੇ ਸੀ ਉੱਥੇ ਜਦੋਂ ਕੰਪਲੇਂਟ ਦੇਣ ਗਿਆ ਆ ਉੱਥੇ ਮੁਲਾਜ਼ਮ ਕੋਈ ਨਹੀਂ ਹੈਗਾ ਸਾਰੇ ਮੌਕਾ ਵੇਖਣ ਆਏ ਸੀ ਇੱਥੇ ਮੇਰੇ ਆ ਹੱਥ 'ਤੇ ਸੱਟ ਲੱਗੀ ਆ ਜੀ ਅਤੇ ਬਾਕੀ ਜਿਹੜੇ ਮੇਰੇ ਦੋ ਭਤੀਜੇ ਗਾੜੀ ਦੋ ਮੁੰਡੇ ਸੀ ਗਾੜੀ ਵਾਲੇ ਗੱਡੀ 'ਤੇ ਗਾੜੀ ਸਾਡੇ ਜਾਣ ਡਿਆ ਸੀ ਸਾਡੇ ਨਾਲ ਕੋਈ ਵਜਾ ਦੀਆਂ ਗੱਡੀਆਂ ਨਹੀਂ ਗੀਆਂ ਸਾਡੇ ਕੋਲ ਸਿਰਫ ਦੋ ਗੱਡੀਆਂ ਸੀ ਜਿਹੜਾ ਇੱਕ ਮੁੰਡੇ ਮੁੰਡੇ ਮੈਨੂੰ ਘਰ ਛੱਡਣ ਜਾਣ ਡਿਆ ਵੀ ਨੰਬਰਦਾਰ ਜੀ ਤੂੰ ਨਾ ਮਾੜੀ ਚੰਗੀ ਗੱਲ ਕਰੀ ਜਦੋਂ ਇਹਨਾਂ ਮੇਰੀ ਗੱਡੀ ਰੋਕ ਲਈ ਗੱਡੀ ਦੀ ਮੇਰੀ ਗੱਡੀ ਵੀ ਸਾਰੀ ਭੰਨ ਦਿੱਤੀ ਆ ਮੇਰਾ ਛੋਟਾ ਬੇਟਾ ਆ ਕਿ ਜਿਹੜਾ 19 ਸਾਲ ਦਾ ਉਹ ਜਦੋਂ ਇਹਨੇ ਗੋਲੀ ਮਾਰੀ ਸਿੱਧੀ ਉਦੋਂ ਮੇਰਾ ਬੇਟਾ ਜਿਹੜਾ ਸੰਭਲ ਗਿਆ ਗਾੜੀ ਡਰ ਗਿਆ ਬਿਲਕੁਲ ਪਰ ਹੁਣ ਉੱਥੇ ਆਇਆ ਵੀ ਜਿਹੜਾ ਮੇਰਾ ਭਤੀਜਾ ਗੁਰਜੰਟ ਸਿੰਘ ਆ ਉਹਦਾ ਫੋਨ ਬੰਦ ਆਉਣ ਡਿਆ ਉਹਦੇ ਨਾਲ ਹਜੇ ਮੇਰੀ ਗੱਲ ਨਹੀਂ ਹੋ ਪਾ ਰਹੀ ਮੈਂ ਉਹਨੂੰ ਪੁੱਛਣ ਡਿਆ ਵੀ ਗੁਰਜੰਟ ਸਿੰਘ ਤੂੰ ਕਿੱਥੇ ਆ ਹਜੇ ਤੱਕ ਮੇਰੀ ਉਹਨਾਂ ਗੱਲ ਨਹੀਂ ਹੋਈ ਪਤਾ ਨਹੀਂ ਉਹਨੂੰ ਸੱਟ ਲੱਗੀ ਆ ਕਿ ਨਹੀਂ ਲੱਗੀ ਮੈਂ ਮੁੜ ਕੇ ਥਾਣੇ ਚਲ ਗਿਆ ਅਤੇ ਥਾਣੇ ਤੋਂ ਬਾਅਦ 'ਚ ਮੈਂ ਮੁੜ ਕੇ ਇਹਨੂੰ ਨਹੀਂ ਆਇਆ ਮੈਂ ਪੱਟੀ ਕਰਾਉਣ ਚਲ ਗਿਆ ਲੋਕੋ ਗਈ ਕਰਦਾ ਹਾਂ ਜੀ ਇਹ ਇਹਨਾਂ ਦੇ ਉੱਤੇ ਪਰੇਡੀ ਗੱਲ ਜੋਰ ਆ ਇਹ ਬੰਦੇ ਆਮ ਪਾਰਟੀ ਦੇ ਬੰਦੇ ਆ ਇਹਨਾਂ ਦੀ ਮਨਿਆਦੀ ਸਾਹਿਬ ਦੇ ਨਾਲ ਵੀ ਗੱਲ ਚੱਲਦੀ ਆ ਸਰ ਮੇਰੇ 'ਤੇ ਬਿਲਕੁਲ ਮੈਨੂੰ ਖਤਰਾ ਜੀ ਮੇਰਾ ਬੇਟਾ ਬਾਹਰ ਗਿਆ ਮੈਂ ਟਾਈਮ ਇਕੱਲਾ ਰਹਿੰਦਾ ਮੈਂ ਨੰਬਰਦਾਰ ਹਾਂ ਮੈਂ ਲੋਕਾਂ ਦੇ ਨਾਲ ਜਾਂਦਾ ਇਹਨਾਂ ਨੇ ਇੱਕ ਨਹੀਂ ਅੱਗੇ ਵੀ ਮੇਰੇ 'ਤੇ ਦੋ ਵਾਰ ਹਮਲੇ ਕੀਤੇ